ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਣਾ ਮੈਚ ਹੈਗਾ ਜੀ ਪਿੰਡ ਜੱਬੋਵਾਲ, ਆਲ ਓਪਨ ਦੇ ਮੈਚ ਆ। ਅਤੇ ਉਸ ਤੋਂ ਪਹਿਲਾਂ ਅਸੀਂ ਚੱਲੇ ਹਾਂ ਆਪਣੇ ਮਾਮਿਆਂ ਕੋਲ। ਕਿਹੜਾ ਪਿੰਡ? ਸ਼ੇਰੂਮਾਨ। ਸ਼ੇਰੂਮਾਨ ਚੱਲੇ ਹਾਂ ਅਸੀਂ। ਅੱਗੇ ਇੱਕ ਦਿਨ ਅਸੀਂ ਗਏ ਸੀ ਸਰਜੇ, ਅਤੇ ਅੱਜ ਰਿਸ਼ਤੇਦਾਰੀਆਂ ਸਾਡੀਆਂ ਬੜੀਆਂ ਵੱਡੀਆਂ ਅਤੇ ਜ਼ਿਆਦੀਆਂ। ਅੱਜ ਅਸੀਂ ਚੱਲੇ ਹੁਣ ਫੇਰੂਮਾਨ, ਅਤੇ ਵੀਡੀਓ ਨਾਲ ਬਣੇ ਰਿਹਾ ਤੁਹਾਨੂੰ ਲੈ ਕੇ ਚੱਲਦੇ, ਲੈ ਕੇ ਚੱਲ ਹੋਮ ਟੂਰ ਕਰਾਈਏ ਨਾਲ। ਪਹਿਲਾਂ ਬੈਕਾਂ 'ਤੇ ਰਹਿੰਦੇ ਸੀ ਅਤੇ ਹੁਣ ਉਹ ਵੀ ਸ਼ਾਇਦ ਆ ਗਏ ਨਾ, ਹੁਣ ਪਿੰਡ 'ਚ ਆ ਗਏ ਆ। ਉਸੇ ਨਾਨੀ ਦੀ ਭੈਣ ਆ, ਉਹਦੀ ਡੈਥ ਹੋ ਗਈ ਹੈ ਨਾ, ਉਹਨਾਂ ਦੀ ਨਾਨੀ ਦੀ। ਅਤੇ ਮਤਲਬ ਉਹ ਮੰਮੀ ਦੇ ਮਾਸੀ ਨੇ, ਉਹਨਾਂ ਕੋਲੇ ਚੱਲੇ ਆ। ਹਾਂਜੀ, ਪੂਰਾ ਪਿੰਡ ਦਾ ਨਾਂ ਜਿੱਥੇ ਅੱਜ ਮੈਚ ਆ, ਮੈਂ ਗਲਤ ਬੋਲਤਾ ਹੈ ਕਿ ਜੱਬੋਵਾਲ ਕਹਿਤਾ ਸੀ, ਤੇ ਪਿੰਡ ਹੈਗਾ ਜੀ ਜੱਲੂਵਾਲ। ਜੱਲੂਵਾਲ ਮੈਚ ਆ ਰਹੀਏ ਲਾਗੇ, ਉੱਥੇ ਅਸੀਂ ਅੱਜ ਖੇਡਾਂਗੇ ਆਲ ਓਪਨ। ਵਧੀਆ ਮੈਚ ਹੋਣੇ ਆ। ਵਾਹਿਗੁਰੂ, ਅਰਦਾਸ ਕਰਿਆ ਕਰੋ ਸਾਰੇ ਵੀ ਮਹਾਰਾਜ ਸਾਰਿਆਂ ਪਲੇਅਰਾਂ ਨੂੰ ਚੜ੍ਹਦੀ ਕਲਾ ਕਰੇ ਤੇ ਸੱਟਾਂ ਪੇਟਾਂ ਤੋਂ ਬਚਾ ਕੇ ਰੱਖੇ ਬਾਬਾ, ਤੇ ਪਲੇਅਰਾਂ ਨੂੰ ਆਪਣੀ ਲਾਈਫ ਦੇ ਵਿੱਚ ਕਦੇ ਸੈੱਟ ਕਰੇ ਮਹਾਰਾਜ, ਹੈ ਨਾ। ਕੀ ਲੈ ਰਹੇ ਹੋ ਤੁਸੀਂ? ਮਸ਼ਰੂਮਸ ਫਰੈਸ਼ ਫਰੈਸ਼। ਓਕੇ, ਹੋਮ ਡਿਲੀਵਰੀ ਵੀ ਆ ਤੇ ਇਹ ਆਪਾਂ ਨੂੰ ਮਤਲਬ ਬਾਜ਼ਾਰ ਨਾਲੋਂ ਥੋੜਾ ਸਸਤਾ ਆ, ਜਿਵੇਂ ਬਾਜ਼ਾਰ ਕਹਿੰਦੇ 150 ਰੁਪਏ ਕਿਲੋ ਆ ਤੇ ਇੱਥੇ 120 ਰੁਪਏ ਕਿਲੋ। ਅੱਛਾ ਹੈ ਨਾ, ਹੋਮ ਹੋਮ ਫਾਰਮ। ਲਓ ਜੀ ਆ ਗਏ ਆਪਾਂ ਫੇਰੂਮਾਨ, ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਜੀ ਦੀ ਯਾਦ ਵਿੱਚ ਆ ਗਿਆ ਗੜੀ ਯਾਦਗਾਰੀ ਗੇਟ। ਸ਼ਹੀਦ ਸਰਦਾਰ ਦਰਸ਼ਨ ਸਿੰਘ ਜੀ ਫੇਰੂਮਾਨ ਜੀ ਜੀ ਦੀ ਯਾਦਗਾਰੀ ਗੇਟ ਆ ਜੀ ਇਹ। ਇੱਥੋਂ ਇਹ ਆ ਪਿੰਡ, ਤੇ ਇੱਥੋਂ ਆਪਾਂ ਮੁੜਾਂਗੇ ਖੱਬੇ। ਫੇਰੂਮਾਨ ਪਹੁੰਚ ਚੁੱਕੇ ਆਪਾਂ, ਆ ਲਿਖਿਆ ਜੀ ਫੇਰੂਮਾਨ, ਆਉਣ ਲੱਗੇ ਹਾਂ ਮੁੜਨ। ਪਿੰਡ ਨੂੰ ਆਪਾਂ ਮੁੜ ਗਏ ਹਾਂ, ਜਾਂਦੇ ਪਏ ਹਾਂ ਅਤੇ ਘਰ। ਹੁਣ ਮੰਮੀ ਦੱਸਣਗੇ ਵੀ ਕਿੱਧਰ ਨੂੰ ਆਪਾਂ ਪਹਿਲੀ ਵਾਰੀ ਚੱਲੇ ਹਾਂ, ਜਿਹੜਾ ਪਿੰਡ ਦੇ ਵਿੱਚ ਘਰ ਲਿਆ ਜਿਹੜਾ ਪਿਆਲੀਆਂ ਦੇ ਵਿੱਚ ਸੀ ਉਹ ਤਾਂ ਆਪਾਂ ਨੂੰ ਪਤਾ ਸੀ। ਕਿੱਧਰ ਨੂੰ ਮੰਮੀ ਪਤਾ? ਅੱਗੇ ਆ, ਨਾਉ ਇਜ਼ ਲੰਚ ਟਾਈਮ, ਅਤੇ ਦਿਖਾਓ ਫਿਰ ਕੀ ਕੀ ਬਣਿਆ। ਚਲੋ ਆ ਜਾਓ ਹੁਣ, ਬਸ ਮਿਲਦੇ ਅਸੀਂ ਕੋਈ ਖਾ ਲਈਏ, ਹੁਣ ਵੀਡੀਓ ਨਹੀਂ ਬਣਾ ਸਕਦੇ। ਫਿਰ ਉਸ ਤੋਂ ਬਾਅਦ ਅਸੀਂ ਕੁਝ ਵੀਡੀਓ ਕਲੀਪ ਸ਼ੇਅਰ ਕਰਾਂਗੇ। ਚਲੋ ਭੁੱਖ ਬੜੀ ਲੱਗੀ ਆ, ਪਾ ਦਿਓ ਮਿੰਟੋ ਮਿੰਟ। ਲਓ ਜੀ, ਇਹ ਤਾਂ ਜ਼ਿਆਦਾ ਗੱਡੀ ਨਹੀਂ ਜਾਣੀ ਮੰਮੀ ਆਪਣੀ, ਅੱਗੇ ਤੇ ਲਾਗੇ ਬੱਜਰੀ ਪਈ ਹੈ। ਆਹ ਗਲੀ 'ਚ ਹੀ ਜਾਣਾ ਤੇ, ਪਰ ਇੱਥੇ ਤਾਂ ਬੱਜਰੀ ਪਈ ਹੈ। ਨਹੀਂ ਚੱਲ ਜਾਣੀ ਗੱਡੀ ਆਪਣੀ, ਲੈ ਜਾਂਗੇ ਆਪਾਂ, ਨੋ ਟੈਨਸ਼ਨ।
ਲੈ ਗਏ ਲੈ ਗਏ ਲੈ ਗਏ ਆ ਕੁੜੀਆਂ ਆ ਗਈਆਂ ਸਾਡੀਆਂ ਆ ਜਾਓ ਆ ਜਾਓ ਗਾ ਵਿਚਾਰੀਆਂ ਵੇਟ ਕਰਨੀਆਂ ਕਦੋਂ ਦੀਆਂ ਮਾਮਾ ਪਤਾ ਗਏ ਲਓ ਜੀ ਆ ਕੇ ਮਾਮਾ ਖਲਤਾ ਤੁਹਾਨੂੰ ਦਿਖਾਉਣੇ ਆ ਆ ਇਹ ਚੱਲੇ ਆ ਇਹ ਤੂੰ ਕਹਿੰਦੀ ਇੱਥੇ ਉਤਾਰ ਦੋ ਹਾਂਜੀ ਇੱਥੇ ਬਸ ਗੱਡੀ ਇੱਥੇ ਲਾ ਦਈਏ ਗੱਡੀ ਇੱਥੇ ਲਾ ਦਈਏ चलो फिर आ गए गड्डी इतों तक ही आनी है इस करके हम उन्होंने इतने रुकना पैना तो गड्डी ही लवेंगे इतने ही तो बाकी हम तुम घर ही लैके चलते हैं गली छोटी रह गई इतने आगे ओ वेखो मगर गड्डी लगी कि रह गई उत्थे ही ना साड़ी गड्डी आओ ही रह गई घर वेखो भी नवा घर तो बहुत खुला अंदरों गली छोटी बस आपा चले हम सारे पुराना घर वेखन पैलियां च होंदा ही जिहड़ा यस हुण असीं चले आ उत्थे ते सारे जाने चलो तुम दिखाने अपना पुराना घर पुराना घर की करदा की करदा ही चुल्ला जरा ढठ गया चौंका आडा चुल्ला गई चौंका चौंका गया वेखन दी आद कि वेखी जानी किधर वेखन दी तू किधर वेखन दी तू हैलो 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 करना हैलो हैलो रंग रुंग खराब हो गया ना
ਗੁੱਡੇ ਡਾਈ ਜਾਣਾ ਇੱਥੋਂ ਅਸੀਂ ਇੱਧਰ ਨੂੰ ਗੁੱਡਾ ਵਿਹਾਉਣਾ ਨਹੀਂ ਜਾਣੂ ਮੈਂ ਸੁਖਮਨ ਪੈ ਲਈ ਜਾਣੂ ਨਾ ਪੇਚਾ ਪੂਚਾ ਲਾਉਣ ਵਾਲਾ ਕੱਲੇ ਡਾਈ ਜਾਣਾ ਨਾ ਫਾਇਦਾ ਕੋਈ ਨਹੀਂ ਹੋਣਾ ਕੱਲੇ ਡਾਉਣ ਦਾ ਵੇਖੋ ਤੇ ਫੋਟੋਆਂ ਕਿੱਥੇ ਚ ਬੱਚੇ ਦੇ ਬਹਿ ਕੇ ਹੋ ਰਹੀਆਂ ਬਾਹਰ ਪਰਲੇ ਧੌਣ ਭਰਨੇ ਪਾਓ ਭਾਵੇਂ ਪਾਣੀ ਚ ਗੋਤੇ ਬੜੇ ਖਤੀ ਆਉਣੇ ਆ ਗੋਤੇ ਆ ਜਾਣੇ ਮਗਰ ਆ ਵਿਚਕਾਰ ਡਿੱਗਣ ਵਾਲੇ ਨਾਲ ਦੋਹਾਂ ਨੂੰ ਲੈ ਜਾਣਾ ਹੱਥ ਫੋਨ ਲੱਗੇ ਹੋਏ ਹੈ ਤੇ ਇੱਕ ਦੂਜੇ ਦੇ ਨਾਲ ਹੀ ਰਹਿਣਾ ਤਿੰਨੇ ਇਕੱਠੀਆਂ ਹੀ ਕੀ ਪਾਇਆ ਮੱਛਰ ਨੀ ਆਉਂਦਾ ਕਲਰ ਦੇ ਓਹਦੇ ਹੈ ਮੱਛਰ ਨੀ ਆਉਂਦਾ ਇਹਨਾਂ ਨਹੀਂ ਆਉਂਦਾ ਵੈਸੇ ਵੇਖੋ ਕੋਈ ਵੀ ਮੱਛਰ ਹੈਗਾ ਧਿਆਨ ਨਾਲ ਵੇਖਣਾ ਕਲਰ ਦੱਸਿਓ ਵਧੀਆ ਲੱਗਾ ਨਾ ਪੁੱਛ ਲਈਏ ਹੈ YouTube ਵਾਲਿਆਂ ਨੂੰ ਪੁੱਛ ਲਈਏ ਕਲਰ ਕਿੱਦਾਂ ਦਾ ਨਾ ਇੱਕ ਆਪਾਂ ਇਹਨਾਂ ਸਾਰਿਆਂ ਨੂੰ ਸੂਟ ਕਲੈਕਸ਼ਨ ਦਿਖਾਉਣੀ ਆ ਪਲੱਸ ਆਪਾਂ ਕੰਗਨ ਦਾ ਡਿਜ਼ਾਈਨ ਵਿਖਾਉਣਾ ਹੁਣੇ ਵਿਖਾ ਦਈਏ ਕਿ ਚਲ ਵਿਖਾ ਹੀ ਦੇ ਇੰਨਾ ਟਾਈਮ ਨਹੀਂ ਕਿਉਂ ਪਾਉਣਾ ਆਪਾਂ ਵਿਖਾ ਹੀ ਦਈਏ ਇਹ ਕਿਸੇ ਨੇ ਕਿਹਾ ਸੀ ਵੀਰ ਨੇ ਕਿਹਾ ਹੈ ਕਿ ਭੈਣ ਨੇ ਕਿਹਾ ਵੀਰ ਨੇ ਕਿਹਾ ਸੀ ਇੱਕ ਰਿਜਵਾਨ ਅਲੀ ਨੇ ਕਿਹਾ ਸੀ ਹਨਾ ਕਿ ਮੇਰਾ ਨਾਮ ਬੋਲ ਲਿਓ ਹਾਂ ਉਹ ਪਾਕਿਸਤਾਨ ਦਾ ਹਾਂਜੀ ਹਾਂਜੀ ਸਾਰਾ ਕੁਝ ਹਾਂਜੀ ਹੋਰ ਭਾਈਜਾਨ ਆਪਕਾ ਕੀ ਹਾਲ ਹੈ ਭਾਈਜਾਨ ਭਾਈਜਾਨ ਹੀ ਬੋਲਤੇ ਹਨ ਅੱਪਾ ਸਾਰਿਆਂ ਦੇ ਕਮੈਂਟਸ ਪੜ੍ਹਦੀ ਆ ਬਹੁਤ ਵਧੀਆ ਲੱਗਦਾ ਸੀ ਐਡੇ ਪਿਆਰ ਕਰਦੇ ਰਹੋ ਸਬਸਕ੍ਰਾਈਬ ਕਰੋ ਸਾਡਾ ਚੈਨਲ ਬੈਲ ਲਾਈਕ ਕਰਨਾ ਮਤ ਭੁੱਲ ਆ ਮੰਮੀ ਤੁਹਾਡੀ ਫੋਟੋ ਹੀ ਖਿੱਚਦਾ ਹੈ ਭੈਣ ਭਰਾਵਾਂ ਦੀ ਫੋਟੋ ਉੱਧਰ ਫੋਟੋ ਸ਼ੂਟ ਹੋ ਰਿਹਾ ਤੇ ਇੱਧਰ ਇੱਧਰ ਕਹਿੰਦੇ ਆ ਸਾਡੀ ਵੀ ਕਰੋ ਇਹ ਖਿੱਚਦੇ ਨਹੀਂ ਫੋਟੋ ਇੱਧਰ ਵੀ ਖਿੱਚੋ ਹਾਂ ਉੱਤੋਂ ਵੀਡੀਓ ਬਣਾਉਂਦੇ ਆ ਮੈਂ ਵੇ ਇੱਥੋਂ ਵੀਡੀਓ ਇੱਥੇ ਉੱਪਰੋਂ ਬਣਦਾ ਹੀ ਆਵੇ ਦੇਖੋ ਵੀ ਸਾਰਾ ਖੇਤਾਂ ਦਾ ਮਾਹੌਲ ਪੈਲੀਆਂ 'ਚ ਮੈਨੂੰ ਤਾਂ ਰਹਿਣਾ ਬਹੁਤ ਪਸੰਦ ਆ ਇਹ ਪੁਰਾਣਾ ਘਰ ਆ ਆਪਣੇ ਮਾਮਿਆਂ ਦਾ ਅਤੇ ਹੁਣ ਪਿੰਡ ਦੇ ਵਿੱਚ ਆ ਗਏ ਆ ਰਹਿਣ ਲੱਗੇ ਆ